ਅੱਜ ਅਸੀਂ ਇਕੱਠੇ ਹੋਏ ਹਾਂ ਸਾਰੇ, ਜਾਂ ਤੁਹਾਨੂੰ ਵੀ ਤਕਲੀਫ ਦਿੱਤੀ ਹੈ ਇਸ ਲਈ ਕਿ ਪੰਜਾਬ ਦਾ ਜਿਹੜਾ ਕਾਲੇ ਪਾਣੀਆਂ ਦਾ ਮੋਰਚਾ ਅਸੀਂ ਲਾਇਆ ਹੋਇਆ ਸੀ, ਅਸੀਂ ਨਹੀਂ ਬਲਕਿ ਕਹਿ ਲਓ ਪੂਰੇ ਪੰਜਾਬ ਨੇ, ਤੁਸੀਂ ਵੀ ਉਹਦੇ 'ਚ ਸ਼ਾਮਿਲ ਹੋ, ਸਾਰੇ ਸ਼ਾਮਿਲ ਹੋ, ਕਿਉਂਕਿ ਉਹਦਾ ਨੁਕਸਾਨ ਸਾਰਿਆਂ ਨੂੰ ਹੈ। ਅਸੀਂ ਇੱਕ ਸਰਕਾਰ ਨੂੰ ਟਾਈਮ ਦਿੱਤਾ ਸੀ ਕਿ ਜੇ ਤੁਸੀਂ ਕੁਛ ਕਰਨਾ ਹੈ ਤਾਂ 15 ਸਪਟੰਬਰ ਤੱਕ ਦਾ ਤੁਹਾਡੇ ਕੋਲ ਟਾਈਮ ਹੈ। 15 ਸਪਤੰਬਰ ਬੀਤੀ ਹੋਈ ਨੂੰ ਅੱਜ 8 ਤੋਂ 9 ਦਿਨ ਹੋ ਗਏ ਨੇ, ਅਸੀਂ ਸਿਰਫ ਉਹਨੂੰ ਵਾਚ ਰਹੇ ਸੀ ਕਿ ਉਸ ਤੋਂ ਬਾਅਦ ਵੀ ਇਹਨਾਂ ਨੂੰ ਇਹ ਨਾ ਲੱਗੇ, ਅਸੀਂ ਤਾਂ ਦਿਨ ਹੀ ਭਾਲ ਰਹੇ ਸੀ, ਜਿਵੇਂ 15 ਖਤਮ ਹੋਈ ਤਾਂ ਅਸੀਂ ਕਾਰਵਾਈ 'ਤੇ ਚੱਲ ਪਏ। ਹੁਣ ਉਹਦੇ ਜਵਾਬ 'ਚ ਇਹਨਾਂ ਨੇ ਕੀ ਕੀਤਾ, ਚੀਫ ਮਿਨਿਸਟਰ ਸਾਹਿਬ ਨੇ ਇੱਕ ਹਸਾਉਣ ਜੇ ਵਾਲੀ ਮੀਟਿੰਗ ਕੀਤੀ, ਇੱਕ ਅਜੀਬ ਕਿਸਮ ਦੀ ਟੈਕਨੋਲੋਜੀ ਲੈ ਕੇ ਆ ਰਹੇ ਨੇ ਜਿਹੜੀ ਸੰਸਾਰ 'ਚ ਹੋਰ ਕਿਤੇ ਨਹੀਂ ਵਰਤੀ ਗਈ, ਔਰ ਲੈ ਕੇ ਵੀ ਉਸ ਦੇਸ਼ 'ਚੋਂ ਆ ਰਹੇ ਨੇ ਜਿੱਥੇ ਸਭ ਤੋਂ ਜ਼ਿਆਦਾ ਪਾਣੀ ਹੈ, ਸਭ ਤੋਂ ਜ਼ਿਆਦਾ ਸਾਫ਼ ਪਾਣੀ ਹੈ ਕੈਨੇਡਾ 'ਚ। ਉਹ ਸਹੁਰੇ ਉੱਥੋਂ ਲੈ, ਹੁਣ ਤੁਸੀਂ ਆਹ ਥੇਮਸ ਦਰਿਆ ਵੇਖ ਲਓ ਲੰਡਨ 'ਚ ਕਿਵੇਂ ਸਾਫ਼ ਹੋਇਆ, ਸਿਆਨ ਵਾਲਾ ਦਰਿਆ ਵੇਖ ਲਓ ਪੈਰਿਸ 'ਚ ਕਿਵੇਂ ਕਲੀਨ ਹੋਇਆ। ਕੀ ਤੁਸੀਂ ਇਹ ਟੈਕਨੋਲੋਜੀ ਕਿਸੇ ਯੂਰਪ 'ਚੋਂ ਲੈ ਕੇ ਆ ਰਹੇ ਹੋ ਜੋ ਪੋਲਿਊਟਡ ਨੇ ਪਹਿਲਾਂ ਤੋਂ ਸੀ ਔਰ ਹੁਣ ਸਾਫ਼ ਹੋ ਗਏ ਨੇ? ਨਾ, ਜਾਂ ਤੁਸੀਂ ਤਾਮਿਲਨਾਡੂ ਵਾਂਗੂ ਕਰ ਰਹੇ ਹੋ ਜਿਵੇਂ ਜੈਲਲਿਤਾ ਨੇ 2011 'ਚ ਕਰਤਾ ਸੀ, ਕਿਤੋਂ ਨਹੀਂ ਕਰ ਰਹੇ, ਸਿਰਫ ਕਰ ਕੀ ਰਹੇ ਨੇ ਡਿਲੇਇੰਗ ਟੈਕਟਸ, ਜਿਵੇਂ ਸਾਡੇ ਪਹਿਲਾਂ ਇਨਵਾਇਰਮੈਂਟ ਮਿਨਿਸਟਰ ਜੈਰਾਮ ਰਮੇਸ਼ ਕਰ ਚੁੱਕੇ ਨੇ। ਇੱਥੇ ਬੁੱਢੇ ਨਾਲੇ 'ਤੇ ਉੱਤੇ ਖੜ੍ਹ ਕੇ ਇੱਕ ਬੋਰੀ ਜੀ 'ਚੋਂ ਕੱਢਿਆ ਸੀ ਬੈਕਟੀਰੀਆ ਪਾਏ ਸੀ, ਅੱਗੇ ਇਹ ਪਾਣੀ ਕਲੀਨ ਕਰ ਦੇਣਗੇ, ਪਤਾ ਲੱਗਿਆ ਬੈਕਟੀਰੀਆ ਹੀ ਪਤਾ ਨਹੀਂ ਕਿੱਧਰ ਨੂੰ ਗਏ 5 ਮਿੰਟਾਂ 'ਚ। ਇਹ ਕੀ ਹੁੰਦਾ? ਹੁਣ ਤੁਸੀਂ ਪੁੱਛੋਗੇ ਇਹ ਕਰ ਕਿਉਂ ਰਹੇ ਨੇ, ਇਹ ਡਿਲੇਇੰਗ ਟੈਕਟਸ ਹੈ, ਟਾਈਮ ਲੰਘਾਉਣਾ ਹੈ ਕਿ 2 ਸਾਲ ਸਾਡੇ ਲੰਘ ਜਾਣ, ਜਿਵੇਂ ਕਿ ਪਹਿਲੇ ਪਤਾ ਨਹੀਂ ਕਿੰਨੇ ਸਾਲ ਲੰਘ ਗਏ ਨੇ ਔਰ ਕੰਮ ਉਵੇਂ ਹੀ ਚੱਲਦਾ ਰਹੇ, ਲੋਕਾਂ 'ਚ ਉਵੇਂ ਹੀ ਮੌਤ ਵੰਡੀਦੀ ਰਹੇ। ਫਿਰ ਵੇਖਿਆ ਅਸੀਂ ਕਿ ਸ਼ਾਇਦ ਕੁਛ ਹੋਰ ਕਰ ਲੈਣ, ਕੱਖ ਨਹੀਂ ਕੀਤਾ। ਹੁਣ ਫਾਈਨਲੀ ਅਸੀਂ ਸਾਰੇ ਇਕੱਠੇ ਹੋਏ ਹਾਂ, ਬੈਠੇ ਹਾਂ ਔਰ ਤੁਹਾਨੂੰ ਦੱਸਣ ਲਈ ਬੈਠੇ ਹਾਂ। ਸਾਡੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਨੇ, ਜਿਹੜੀਆਂ ਕਿ ਤਕਰੀਬਨ ਸਾਰੇ ਪੰਜਾਬ 'ਚੋਂ ਹੀ ਨੇ, ਉਹਨਾਂ ਨਾਲ ਵੀ ਅਸੀਂ ਗੱਲ ਕੀਤੀ ਅਤੇ ਪਰਸਨਲੀ ਜਾ ਕੇ ਮਿਲ ਵੀ ਰਹੇ ਹਾਂ। ਇੱਕ ਚੀਜ਼ ਡਿਸਾਈਡ ਹੋ ਗਈ ਹੈ ਕਿ 1 ਤਰੀਕ ਤੋਂ ਅਸੀਂ ਲੁਧਿਆਣੇ 'ਚ ਜਿਹੜੀ ਫਿਰੋਜ਼ਪੁਰ ਵਾਲੀ ਰੋਡ ਹੈ ਇਹਦੇ 'ਤੇ ਇੱਕ ਪੱਕਾ ਝੰਡਾ ਕੱਢਣ ਜਾ ਰਹੇ ਹਾਂ, ਬੈਠਣ ਜਾ ਰਹੇ ਹਾਂ, ਇੱਕ ਪੜਾਵ ਡਾਲ ਰਹੇ ਹਾਂ। ਉਹ ਪੜਾਵ ਕੀ ਹੁੰਦਾ ਕਿ ਜਦੋਂ ਜੰਗ ਹੋਣੀ ਹੁੰਦੀ ਹੈ ਉਸ ਤੋਂ ਪਹਿਲਾਂ ਆ ਕੇ ਇਕੱਤਰਿਤ ਹੋਣਾ ਸ਼ੁਰੂ ਹੋ ਜਾਂਦੀਆਂ ਨੇ ਫੌਜਾਂ। ਅਸੀਂ ਫੌਜਾਂ ਦਾ ਨਹੀਂ, ਅਸੀਂ ਪੰਜਾਬ ਦੇ ਲੋਕ ਹੈ, ਅਸੀਂ ਇਕੱਠੇ ਹੋ ਜਾਣਾ ਹੈ, ਬਹਿ ਜਾਣਾ ਆ ਕੇ, ਅਤੇ ਉਦੋਂ ਬਾਅਦ ਕੁਛ ਦਿਨਾਂ 'ਚ ਹੀ, ਇਹ ਵੀ ਤੁਹਾਨੂੰ ਮੈਂ ਕਲੀਅਰ ਕੱਟ ਕਹਿ ਰਿਹਾ, ਕੁਛ ਦਿਨਾਂ 'ਚ ਹੀ ਅਸੀਂ ਇਸ ਕਾਲੇ ਪਾਣੀ ਨੂੰ ਰੋਕ ਦੇਣਾ, ਕੁਛ ਦਿਨਾਂ 'ਚ ਹੀ ਰੋਕ ਦੇਵਾਂਗੇ। ਕਿਵੇਂ ਰੋਕਾਂਗੇ, ਕਿੱਥੇ ਰੋਕਾਂਗੇ, ਇਹ ਤੁਹਾਨੂੰ ਵੀ ਪਤਾ ਜੀ, ਇਹ ਦੱਸਤਾ ਫਿਰ ਕਿਹਨੇ ਰੋਕਣ ਦੇਣਾ? ਸਾਰੀਆਂ ਜਥੇਬੰਦੀਆਂ ਨਾਲ ਵੀ ਡਿਸਕਸ ਕਰ ਰਹੇ ਹਾਂ ਔਰ ਕਰਕੇ ਅਸੀਂ ਇਹ ਰੋਕਾਂਗੇ। ਸਾਡਾ ਸਿਰਫ ਇੱਕ ਗੱਲ ਅਹਿਮ ਹੈ ਕਿ ਅਸੀਂ ਤਾਂ ਰੋਕਾਂਗੇ, ਉਸ ਤੋਂ ਬਾਅਦ ਇਹਨੂੰ ਜੋ ਕਹਿਬ ਖੋਲੂਗਾ ਉਹ ਰਿਸਪੋਂਸੀਬਲ ਹੋਊਗਾ ਪੰਜਾਬ ਦੇ ਉਸ ਜਾਨੋ ਮਾਲ ਦਾ ਜਿਹਦਾ ਨੁਕਸਾਨ ਇਸ ਕਾਲੇ ਪਾਣੀ ਕਰਕੇ ਹੋਊਗਾ। ਇਹ ਕਾਲਾ ਪਾਣੀ ਜੋ ਉਸ ਤੋਂ ਬਾਅਦ ਜਾਨਾਂ ਲਊਗਾ ਪੰਜਾਬ ਦੇ ਲੋਕਾਂ ਦੀਆਂ, ਉਹਦੀ ਜ਼ਿੰਮੇਦਾਰ ਉਹ ਸਰਕਾਰ ਹੋਊਗੀ ਜੋ ਸਾਡੇ ਬੰਦ ਕੀਤੇ ਹੋਏ ਕਾਲੇ ਪਾਣੀ ਨੂੰ ਖੋਲੂਗੀ। ਅਸਲ 'ਚ ਪਤਾ ਕੀ ਹੈ, ਇਹਦੀ ਅਸੀਂ ਜ਼ਿਆਦਾ ਡਿਟੇਲ ਤੁਹਾਨੂੰ ਹੁਣ ਦੱਸਾਂਗੇ ਤਾਂ ਫਿਰ ਸਾਨੂੰ ਇਹਨਾਂ ਨੇ ਕਰਨ ਕਰਾਉਣ ਕੁਛ ਨਹੀਂ ਦੇਣਾ ਗਾ। ਅਸੀਂ ਰਾਹ ਰੋਕਣ 'ਚ ਬਿਲਕੁਲ ਇੰਟਰਸਟਡ ਨਹੀਂ ਹੈ, ਲੋਕਾਂ ਨੂੰ ਅਸੀਂ ਤੰਗ ਨਹੀਂ ਕਰਨਾ ਗਾ, ਔਰ ਅਸੀਂ ਲੋਕਾਂ ਨੂੰ ਤੰਗ ਕਰਨ ਦੇ ਵਿੱਚ ਅਸੀਂ ਤਾਂ ਲੋਕਾਂ ਦੇ ਫਾਇਦੇ ਲਈ ਆਏ ਹਾਂ। ਮੈਨੂੰ ਇਹ ਦੱਸੋ,
ਬੜੀ ਇੱਕ ਗੱਲ ਬਣਾਈ ਜਾਂਦੀ ਕਿ ਅਸੀਂ ਲੁਧਿਆਣੇ ਦੇ ਖਿਲਾਫ਼ ਆ ਘਰ ਕਿਹੜੇ 'ਚ ਬੈਠੇ, ਲੁਧਿਆਣੇ ਦੇ 'ਚ ਬੈਠੇ ਹੋ ਤੁਸੀਂ, ਲੁਧਿਆਣੇ ਦੇ ਹੀ ਹੋ, ਔਰ ਲੁਧਿਆਣੇ ਦੇ ਲੋਕ ਤਾਂ ਪਹਿਲੇ ਵਿਕਟਮ ਨੇ ਇਸ ਗੱਲ ਦੇ, ਲੁਧਿਆਣੇ ਦੇ ਲੋਕ ਤਾਂ ਸਭ ਤੋਂ ਪਹਿਲਾਂ ਪੀੜਿਤ ਨੇ, ਔਰ ਸਾਨੂੰ ਕੀ ਮਿਲ ਜਾਣਾ, ਲੱਖੇ ਨੂੰ, ਮੈਨੂੰ, ਜਸਕੀਰਤ ਜੀ ਨੂੰ, ਬੈਂਸ ਸਾਹਿਬ ਨੂੰ, ਖਹਿਰਾ ਸਾਹਿਬ ਨੂੰ, ਕਪਿਲ ਜੀ ਨੂੰ, ਲੂੰਬਾ ਜੀ ਨੂੰ ਕੀ ਮਿਲ ਜਾਣਾ, ਕੀ ਲੈਣਾ ਅਸੀਂ ਇਹਦੇ 'ਚੋਂ? ਅਸੀਂ ਸਿਰਫ ਇੱਕ ਇਨੀਸ਼ੀਏਟਿਵ ਲੈ ਕੇ, ਹਰ ਘਰ ਦੇ ਵਿੱਚ ਇਹ ਗੱਲ ਸੀ, ਹਰ ਬੰਦੇ ਦੀ ਜ਼ੁਬਾਨ 'ਤੇ ਇਹ ਗੱਲ ਸੀ ਕਿ ਰੋਕਿਆ ਜਾਣਾ ਚਾਹੀਦਾ। ਅਸੀਂ ਲੱਗ ਕੇ ਅੱਗੇ ਤੁਰ ਪਏ ਹਾਂ। ਤੁਸੀਂ ਉਦਣ ਵੇਖਿਆ ਇੱਥੇ ਜਦੋਂ ਇਕੱਠ ਹੋਇਆ ਸੀ, ਕਿਹੜੀ ਜਥੇਬੰਦੀ ਹੈ ਪੰਜਾਬ ਦੀ ਜਿਹੜੀ ਨਹੀਂ ਆਈ? ਕਿਹੜੇ ਬੰਦੇ ਨੇ ਕਿਹਾ ਮੈਂ, ਅਸੀਂ ਉਸ ਤੋਂ ਬਾਅਦ ਤੁਹਾਨੂੰ ਇੱਕ ਹੋਰ ਦੱਸਾਂ, ਤੁਸੀਂ ਕਵਰ ਨਹੀਂ ਕਰ ਪਾਏ, 14 ਇਸੇ ਮਹੀਨੇ ਦੀ ਤਾਰੀਖ ਨੂੰ ਲੁਧਿਆਣਾ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਬਲਵਿੰਦਰ ਸਿੰਘ ਭੂੰਦੜ ਅਕਾਲੀ ਦਲ ਦੇ ਪ੍ਰਧਾਨ, ਸੁਨੀਲ ਜਾਖੜ ਜੀ ਵੱਲੋਂ ਚੰਨੀ ਜੀ BJP ਦੇ ਪ੍ਰਧਾਨ ਵੱਲੋਂ, ਆਪਣਾ ਸਿਮਰਨਜੀਤ ਸਿੰਘ ਮਾਨ ਸਾਹਿਬ, ਆਪਣਾ ਪ੍ਰਗਟ ਸਿੰਘ ਜੀ, ਮਨਪ੍ਰੀਤ ALE ਜੀ BSP ਵੱਲੋਂ, ਪ੍ਰਧਾਨ ਸਾਹਿਬ ਵੱਲੋਂ, ਸਾਰੀਆਂ ਮੇਜਰ ਪਾਰਟੀਆਂ ਦੇ ਬੰਦਿਆਂ ਨੇ ਆ ਕੇ ਉੱਥੇ ਸਪਸ਼ਟ ਔਰ ਸਿੱਧੇ ਵੇ ਨਾਲ ਬੋਲਿਆ ਕਿ ਅਸੀਂ ਤੁਹਾਡੇ ਨਾਲ ਹਾਂ, ਇਹ ਬੰਦ ਹੋਣਾ ਚਾਹੀਦਾ। ਅਸੀਂ ਆਮ ਆਦਮੀ ਪਾਰਟੀ ਦੇ ਪ੍ਰਧਾਨ ਨੂੰ ਵੀ ਆਮੰਤ੍ਰਿਤ ਕੀਤਾ ਸੀ, ਉਸ ਕੁਰਸੀ 'ਤੇ ਉਹਨਾਂ ਦਾ ਨਾਂ ਲਿਖ ਕੇ ਖਾਲੀ ਪਿਆ ਰਿਹਾ, ਕੋਈ ਨਹੀਂ ਆਇਆ। ਔਰ ਇਹ ਉਹੀ ਲੋਕ ਨੇ ਜੋ ਇਸ ਨੂੰ ਬੰਦ ਕਰਨ ਲਈ ਵੱਧ ਚੜ੍ਹ ਕੇ ਬੋਲਦੇ ਹੁੰਦੇ ਸੀ, ਇਨਕਲੂਡਿੰਗ ਮੁੱਖ ਮੰਤਰੀ, ਸਪੀਕਰ ਸਾਹਿਬ ਅਤੇ ਬਾਕੀ ਮੰਦੇ ਸਾਰੇ, ਕੋਈ ਨਹੀਂ ਆਇਆ। ਸਾਰੀਆਂ ਪਾਰਟੀਆਂ, ਸਾਰੀਆਂ ਜਥੇਬੰਦੀਆਂ, ਸਾਰੀਆਂ ਸਾਰੇ ਦੇ ਸਾਰੇ ਜੋ ਵੀ ਗਠਬੰਧਨ ਨੇ, ਉਹ ਸਾਰੇ ਇਸ ਚੀਜ਼ ਦੇ ਨਾਲ ਨੇ। ਕੋਈ ਬੰਦਾ ਇਹਦੇ ਵਿਰੋਧ 'ਚ ਨਹੀਂ ਹੈ ਤਾਂ ਦੱਸੋ ਕਿਉਂ ਆ? ਅਸੀਂ ਇਹਨੂੰ ਬੰਦ ਕਰਾਂਗੇ, ਫਿਰ ਉਸ ਤੋਂ ਬਾਅਦ ਜੇ ਕੋਈ ਚਾਲੂ ਕਰੂਗਾ, ਜੇ ਇਹ ਗੌਰਮੈਂਟ ਚਾਲੂ ਕਰੂਗੀ ਦੁਬਾਰਾ, ਤਾਂ ਕੋਈ ਅਕਾਲੀ ਕਾਂਗਰਸੀ ਪਿੱਛੇ ਰਹਿ ਜਾਣਗੇ, ਫਿਰ ਇਹ ਜ਼ਿੰਮੇਦਾਰ ਹੋਣਗੇ। ਹੁਣ ਤੱਕ ਤਾਂ ਸਾਰੇ ਜ਼ਿੰਮੇਦਾਰ ਸੀ ਨਾ, ਔਰ ਹੈਗੇ ਵੀ ਨੇ, ਪਰ ਜੇ ਦੁਬਾਰਾ ਖੋਲ੍ਹਣਗੇ ਉਸ ਬੰਦ ਕੀਤੇ ਹੋਏ ਕਾਲੇ ਪਾਣੀ ਨੂੰ, ਕਿਉਂਕਿ ਤੁਹਾਨੂੰ ਦਾਅਵੇ ਨਾਲ ਆਉਣੇ ਆ, ਅਸੀਂ ਬੰਦ ਕਰ ਦਿਆਂਗੇ, ਉਹ ਰੋਕ ਕੇ ਵਿਖਾਵੇ, ਬੰਦ ਕਰਾਂਗੇ। ਔਰ ਫਿਰ ਨਾਲ ਇਹ ਗੱਲ ਵੀ ਕਹਿੰਦੇ ਹਾਂ ਕਿ ਖੋਲ੍ਹ ਕੇ ਵਿਖਾਉਣ, ਫਿਰ ਸਾਰੇ ਪੰਜਾਬ 'ਚ ਜਾਵਾਂਗੇ ਕਿ ਇਹ ਆ ਉਹ ਪਾਣੀ ਖੋਲ੍ਹਣ ਵਾਲੇ, ਇਹ ਆ ਉਹਨਾਂ ਲੋਕਾਂ ਦੇ ਕਾਤਲ। ਪੁੱਛੋ ਇਹਨਾਂ ਤੋਂ ਜਦੋਂ ਪਿੰਡ ਆਉਣ, ਸੱਦਾ ਨਹੀਂ, ਅਸੀਂ ਮਿਲ ਵੀ ਰਹੇ ਹਾਂ ਸਾਰਿਆਂ ਨੂੰ, ਔਰ ਉਹ ਨਾਲ ਖੜਨਗੇ ਸਾਡੇ। ਨਹੀਂ ਨਹੀਂ ਇਕੱਠ ਨਹੀਂ ਗਾ, ਅਸੀਂ ਉੱਥੇ ਬੈਠ ਕੇ ਕਹਿ ਤਾ ਕਿ ਆ ਅਸੀਂ ਬਹਿ ਗਏ ਹਾਂ ਆ ਕੇ, ਉਹ ਤੋਂ ਬਾਅਦ ਉਹ ਆਉਣਗੇ, ਉਹਨਾਂ ਦੇ ਬੰਦੇ ਮਿਲ ਕੇ ਵੀ ਜਾਣਗੇ। ਉਸ ਤੋਂ ਬਾਅਦ ਜਦੋਂ ਅਸੀਂ ਬੰਦ ਕਰਤਾ, ਫਿਰ ਉੱਥੇ ਖੜ੍ਹ ਕੇ ਤੁਹਾਨੂੰ ਵੀ ਸੱਦਾਂਗੇ, ਲਓ ਜੀ ਆਹ ਬੰਦ ਕਰਤਾ, ਹੁਣ ਇਹਨੂੰ ਖੋਲ੍ਹਦੇ ਹੋ ਤਾਂ ਇਹ ਪੰਜਾਬ ਸਰਕਾਰ ਜ਼ਿੰਮੇਦਾਰ ਹੈ। ਹਾਂ, ਸਾਡੇ ਨਾਲ ਤੁਸੀਂ ਕੀ ਕਰਨਾ, ਪਰਚਾ ਪਾਉਣਾ, ਅੰਦਰ ਕਰਨਾ, ਡਿਟੇਨ ਕਰਨਾ, ਜੋ ਕਰਨਾ ਕਰ ਲਿਓ। ਜੇ ਪੰਜਾਬ ਦੇ ਲੋਕਾਂ ਨੂੰ ਗੰਦੇ ਪਾਣੀ ਤੋਂ ਬਚਾਉਣਾ ਕੋਈ ਜੁਰਮ ਹੈ, ਤਾਂ ਅਸੀਂ ਤੁਹਾਨੂੰ ਡਿਕਲੇਅਰ ਕਰਕੇ ਜਾ ਰਹੇ ਹਾਂ, ਅਸੀਂ ਉਹ ਕਰਨ ਜਾ ਰਹੇ ਹਾਂ ਉਸ ਜੁਰਮ ਨੂੰ, ਜਿਹੜਾ ਕਿ ਇਨਸਾਨੀਅਤ ਦੇ ਫਾਇਦੇ ਲਈ ਹੈ, ਨਿੱਕੀ ਲਈ ਹੈ। ਦੇਖੋ ਇਹਦੀ ਜ਼ਿਆਦਾ ਡਿਟੇਲ ਦੱਸਤੀ ਫਿਰ ਸਾਡਾ ਉਹੀ ਮਸਲਾ ਹੋ ਜੂਗਾ। ਤੁਹਾਨੂੰ ਇੰਨਾ ਦੱਸਤਾ ਸੀ ਜੋ ਕਾਲਾ ਪਾਣੀ ਹੈ ਪੰਜਾਬ ਨੂੰ ਵੰਡਿਆ ਜਾ ਰਿਹਾ, ਕਾਲਾ ਪਾਣੀ ਵੰਡਿਆ ਜਾ ਰਿਹਾ, ਜੋ ਦਰਿਆਵਾਂ ਰਾਹੀਂ ਜਾ ਰਿਹਾ ਜਾਂ ਕਾਲਾ ਪਾਣੀ ਆ ਰਿਹਾ, ਜੋ ਵੀ ਇਹਦਾ ਤਰੀਕਾ ਅਪਣਾਵਾਂਗੇ, ਸਤਲੁਜ ਦੇ ਵਿੱਚ ਕਾਲਾ ਪਾਣੀ ਨਹੀਂ ਪੈਣ ਦੇਣਾ ਅਸੀਂ, ਇਹ ਕਲੀਅਰ ਕੱਟ ਹੈ ਬੁੱਢੇ ਨਾਲੇ ਵਾਲਾ। ਇਹਦੀ ਡਿਟੇਲ ਅਸੀਂ ਪਹਿਲਾਂ ਨਹੀਂ ਦੇਣੀ ਜ਼ਿਆਦਾ, ਕਿਸੇ ਜ਼ਹਿਰ ਦੀ ਪੈਣ ਨਹੀਂ ਦੇਣੀ, ਪੈਣ ਨਹੀਂ ਦੇਣੀ, ਬਸ ਇਹ ਕਲੀਅਰ ਕੱਟ ਗੱਲ ਹੈ। ਕਿਤੋਂ ਹੀ ਪੈਂਦੀ ਹੈ ਓਜ਼ੋਨ ਟੈਕਨੋਲੋਜੀ ਦੀ, ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਸਰਕਾਰ ਨੇ ਕਿਹਾ ਕਿ ਉਹਦੇ ਨਾਲ ਤਿੰਨ ਲੇਅਰ 'ਚ ਪਾਣੀ ਸਾਫ਼ ਕੀਤਾ ਜਾਊਗਾ,
ਪਰ ਦੂਸਰੇ ਪਾਸੇ ਜਿਵੇਂ ਇੰਡਸਟਰੀ ਦਾ ਪਾਣੀ ਉਹ ਕਹਿੰਦੇ ਅਸੀਂ ਵਾਟਰ ਟ੍ਰੀਟ ਕਰਕੇ ਪਾ ਰਹੇ ਹਾਂ, ਪਰ ਤੀਸਰਾ ਇਹ ਆ ਰਿਹਾ ਕਿ ਜਿਹੜਾ ਇਹ ਪਾਣੀ ਪੈ ਰਿਹਾ ਇਹ ਸਾਰਾ ਸਤਲੁਜ ਦੇ ਵਿੱਚ ਜਾਂਦਾ, ਇਹਨੂੰ ਰੋਕਣ ਦੇ ਜਿਵੇਂ ਤੁਸੀਂ ਕਿਹਾ ਕਿ ਯਤਨ ਕਰਨੇ ਚਾਹੀਦੇ ਆ। ਅਸੀਂ ਟਿੱਬਾ ਥਾਣਾ ਦਿਖਾ ਦਿੱਤੀ, ਅਸੀਂ ਕਮਿਸ਼ਨਰ ਨੂੰ ਮਿਲੇ, ਪੁਲਿਸ ਕਮਿਸ਼ਨਰ ਨੂੰ ਲੁਧਿਆਣੇ ਦੇ ਵਿੱਚ, ਸ਼ਿਕਾਇਤ ਦਰਜ ਕਰਾਈ ਵੀ ਆਹ ਆਹ ਬੰਦੇ ਜਿਹੜਾ ਜ਼ਹਿਰ ਪਾ ਰਿਹਾ ਪਾਣੀ 'ਚ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੂੰ ਲਿਖ ਕੇ ਆ ਗਿਆ ਸੈਂਟਰ ਬੋਰਡ ਤੋਂ ਵੀ ਇਹਨੂੰ ਬੰਦ ਕਰ ਦਿਓ, ਕੋਈ ਕਾਰਵਾਈ ਹੋਈ। ਅਸੀਂ ਜਿਵੇਂ ਬਾਈ ਨੇ ਕਿਹਾ ਤੋਏ ਨੇ ਵੀ ਉਹ ਗੱਲ ਆ ਵੀ ਪਹਿਲਾਂ ਤੂੰ ਦੇਖਦੇ ਆ ਵੀ ਤੂੰ ਕੋਈ ਗੱਲ ਨਹੀਂ ਗੋਲੀ ਮਾਰ, ਅਸੀਂ ਦੇਖ ਰਹੇ ਹਾਂ ਜੇ ਤੈਨੂੰ ਮਾਰਤਾ ਫੜ ਕੇ ਤੈਨੂੰ ਅੰਦਰ ਦੇ ਦਿਆਂਗੇ। ਉਹ ਜ਼ਹਿਰ ਬੰਦ ਕਿਉਂ ਨਹੀਂ ਕਰ ਰਹੇ? ਸਵਾਲ ਤਾਂ ਇਹ ਪੈਦਾ, ਆਹ ਕੰਪਨੀ ਆ ਗਈ ਜੀ, ਆਹ ਅਸੀਂ ਵੀ ਇਸੇ ਕਰਕੇ 15 ਸਤੰਬਰ ਤੱਕ ਟਾਈਮ ਦਿੱਤਾ ਸੀਗਾ, ਮੂੰਹ ਦੇਖ ਰਹੇ ਸੀ ਇਹਨਾਂ ਦੇ ਵੀ ਕੀ ਕਰ ਰਹੇ ਨੇ। ਉਹ ਹੁਣ ਉਹੀ ਪੰਜਾਬ ਦਾ ਮੁੱਖ ਮੰਤਰੀ ਕਦੇ ਉਹਦੇ ਨਾਲ ਮੀਟਿੰਗ ਕਰ ਲਈ, ਕਦੇ ਉੱਥੇ ਬਿਆਨ ਦੇ ਦਿੱਤਾ ਅਸੀਂ ਆਹ ਕਰ ਰਹੇ ਹਾਂ, ਕਦੇ ਉਹ, ਬਸ ਉਹ ਸਮਾਂ ਲੰਘਾ ਰਿਹਾ। ਉਹੀ ਗੱਲ ਵਾਰ ਵਾਰ ਸਾਹਮਣੇ ਆਉਂਦੀ ਹੈ ਵੀ ਕੀ ਇਹ ਡੈਂਗ ਫੈਕਟਰੀਆਂ ਵਾਲੇ ਜਾਂ ਹੋਰ ਜਿੰਨੀਆਂ ਜ਼ਹਿਰਾਂ ਪਾਉਣ ਵਾਲੇ ਲੋਕ ਨੇ ਕਿ ਉਹ ਇੰਨੇ ਤਾਕਤਵਰ ਨੇ, ਇੰਨੇ ਪਾਵਰਫੁੱਲ ਨੇ ਵੀ ਸਰਕਾਰ ਤੋਂ ਆਕੀ ਹੋਏ ਫਿਰਦੇ ਆ? 650 ਕਰੋੜ ਰੁਪਇਆ ਵੀ ਖਰਚ ਕੀਤਾ ਗਿਆ ਲੱਗਦਾ, ਉਹਨਾਂ ਪੈਸਿਆਂ ਦੀ ਵੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਸਥਿਤੀ ਤਾਂ ਜਿਉਂ ਦੀ ਤਿਉਂ ਹੈ ਸਥਿਤੀ, ਕਿਉਂਕਿ 588 ਕਰੋੜ ਰੁਪਇਆ ਕਹਿੰਦੇ ਜੀ ਵੰਡ ਦਿੱਤਾ ਗਿਆ ਕੰਪਨੀ ਨੂੰ, ਦੇ ਦਿੱਤਾ ਗਿਆ ਜੀ। ਇਹ ਨਾ ਇੱਕ ਛੋਟਾ ਜਿਹਾ ਪਾਰਟ ਹੈ ਇਸ ਗੱਲ ਦਾ, ਇਹਦਾ ਵੀ ਅਸੀਂ ਨੇ ਕਰੋ ਜੋ ਕਰਨਾ ਜਾਂਚ ਕਰੋ। ਪਰ ਪਤਾ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਗੱਲ ਤੁਹਾਨੂੰ ਮੈਂ ਇੱਕ ਗੱਲ ਕਲੀਅਰ ਕਰ ਦਿਆਂ, ਇਹ ਸਾਰੇ ਤਰੀਕੇ ਪਤਾ ਕੀ ਹੈ, ਇਹ ਟੈਕਟਸ ਨੇ ਗੱਲ ਨੂੰ ਹੋਰ ਪਾਸੇ ਲਿਜਾਣ ਦੇ। ਕਾਹਦੇ ਲਈ ਪੈਸੇ ਲੱਗ ਰਹੇ ਆ? ਪੱਥਰ ਭੰਨਦਾ ਫਿਰਦਾ ਜਾਂ ਕਿਸੇ ਦਰਿਆ ਕਿਸ਼ਤੀ ਲਈ ਫਿਰਦਾ? ਇਹ ਸਾਰੀਆਂ ਗੱਲਾਂ ਭਰਮਾਉਣ ਵਾਲੀਆਂ। ਅਸੀਂ ਇੱਕ ਛੋਟੀ ਜਿਹੀ ਗੱਲਾਂ ਨੇ, ਨੈਸ਼ਨਲ ਪੋਲਿਊਸ਼ਨ ਬੋਰਡ ਨੇ ਇੱਕ ਆਰਡਰ ਇਸ਼ੂ ਕੀਤਾ ਹੈ ਕਿ ਜਿਹੜਾ ਪਾਣੀ ਪੈ ਰਿਹਾ ਇਹ ਗਲਤ ਪੈ ਰਿਹਾ। 12 ਅਗਸਤ ਨੂੰ ਕੀਤਾ ਹੈ, 14 ਦਿਨ ਦਾ ਟਾਈਮ ਦਿੱਤਾ ਸੀ, 26 ਅਗਸਤ ਨੂੰ ਉਹ ਡੈਡਲਾਈਨ ਖਤਮ ਹੋ ਗਈ ਹੈ, ਤੁਸੀਂ ਹੁਣ ਤੱਕ ਨਹੀਂ ਕੀਤਾ ਗਾ ਤਾਂ ਗੈਰ ਕਾਨੂੰਨ। ਔਰ ਤੁਹਾਨੂੰ ਮੈਂ ਇੱਕ ਗੱਲ ਹੋਰ ਦੱਸ ਦਿਆਂ, ਜੋ ਅਸੀਂ ਕਰਾਂਗੇ ਅਸੀਂ ਕਾਨੂੰਨੀ ਕੰਮ ਕਰਾਂਗੇ, ਕਿਉਂਕਿ ਗੈਰ ਕਾਨੂੰਨੀ ਪੰਜਾਬ ਸਰਕਾਰ, ਪੰਜਾਬ ਪੋਲਿਊਸ਼ਨ ਬੋਰਡ ਅਤੇ ਉਹ ਇੰਡਸਟਰੀ ਵਾਲੇ ਕਰ ਰਹੇ ਨੇ ਪਾਣੀ ਪਾ ਕੇ, ਜਿਹਨੂੰ ਕਿ ਨੈਸ਼ਨਲ ਪੋਲਿਊਸ਼ਨ ਬੋਰਡ ਵੀ ਕਹਿ ਚੁੱਕਿਆ ਕਿ ਇਹ ਗਲਤ ਹੈ, ਕਾਨੂੰਨਾਂ ਗਲਤ ਹੈ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਅਸੀਂ ਆ ਕੇ ਟਿੱਬਾ ਥਾਣੇ ਦੇ ਵਿੱਚ ਰਿਪੋਰਟ ਲਿਖਾਈ, ਕਮਿਸ਼ਨਰ ਆਫ ਪੁਲਿਸ ਨੇ ਜੋ ਮਿਸਟਰ ਚਾਲ ਉਹਨਾਂ ਕੋਲ ਰਿਪੋਰਟ ਖਰਾਈ। ਕਿੰਨਾ ਚਿਰ ਹੋ ਗਿਆ ਆਪਾਂ ਨੂੰ? ਮਹੀਨੇ ਤੋਂ ਉੱਤੇ ਹੋ ਗਿਆ ਜੀ, ਮਹੀਨੇ ਤੋਂ ਉੱਤੇ ਹੋ ਗਿਆ, ਦੱਸੋ ਕੀ ਕਾਰਵਾਈ ਹੋਈ ਵੀ? ਕਿੰਨੇ ਚਿਰ ਦਾ ਦਿਨ ਦਿੰਦੇ ਆ ਰਹੇ ਆ, ਕਰ ਲੋ ਹੋਰ ਮੈਨੂੰ ਤੁਸੀਂ ਦੱਸੋ ਕੀ ਤਰੀਕਾ, ਫਿਰ ਕੀ ਕਰੀਏ? ਜੂਨ ਤੋਂ ਲੈ ਕੇ ਲਗਾਤਾਰ ਇਹ ਲੜਾਈ ਲੜ ਰਹੇ ਆ, ਸਮੁੱਚੀ ਟੀਮ, ਸਮੁੱਚਾ ਪੰਜਾਬ ਨਾਲ ਵੱਖ ਵੱਖ ਜਥੇਬੰਦੀਆਂ। ਪੰਜਾਬ ਦਾ ਮੁੱਖ ਮੰਤਰੀ ਮਜ਼ਾਕ ਕਰ ਰਿਹਾ, ਮਖੌਲ ਕਰ ਰਿਹਾ, ਗਮਰਾਹ ਕਰ ਰਿਹਾ, ਐਡੇ ਵੱਡੇ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਦਾ ਮੁੱਖ ਮੰਤਰੀ ਗੰਭੀਰ ਨਹੀਂ ਹੈਗਾ। ਲੋਕ ਮਰ ਰਹੇ ਨੇ, ਤਰ੍ਹਾਂ ਤਰ੍ਹਾਂ ਕਰ ਰਹੇ ਨੇ, ਕੈਂਸਰ ਦੇ ਨਾਲ, ਕਾਲੀ ਪੀਲੀਏ ਦੇ ਨਾਲ, ਹੋਰ ਭਿਆਨਕ ਬਿਮਾਰੀਆਂ ਨਾਲ ਲੋਕਾਂ ਨੂੰ ਮੌਤ ਲਗਾਤਾਰ ਵੰਡੀ ਜਾ ਰਹੀ ਹੈ। ਕੱਲ੍ਹ ਹੀ ਮੈਂ ਇੱਕ ਬਿਆਨ ਸੁਣ ਰਿਹਾ ਸੀਗਾ ਮੁੱਖ ਮੰਤਰੀ ਸਾਹਿਬ ਦਾ, ਕਹਿੰਦਾ ਜੀ ਮੈਂ ਵਿਰੋਧੀਆਂ ਦੀਆਂ ਜੜ੍ਹਾਂ 'ਚ ਬਹਿ ਜੂੰਗਾ। ਅਸਲ ਇਹ ਉਹ ਬੰਦਾ ਜਿਹੜਾ ਪੰਜਾਬ ਦੀਆਂ ਜੜ੍ਹਾਂ 'ਚ ਬੈਠ ਰਿਹਾ, ਇਕੱਲੀਆਂ ਗੱਲਾਂ ਤੋਂ ਇਲਾਵਾ, ਇਕੱਲੀਆਂ ਕਹਾਣੀਆਂ ਤੋਂ ਇਲਾਵਾ, ਚੁਟਕਲਿਆਂ ਤੋਂ ਇਲਾਵਾ, ਗੱਪਾਂ ਤੋਂ ਇਲਾਵਾ, ਵਿਰੋਧੀਆਂ ਦੇ ਉੱਤੇ ਤੰਜ ਕਸਣ ਤੋਂ ਇਲਾਵਾ ਕੀ ਕਰ ਰਿਹਾ? ਆਹ ਪਿੱਛੇ ਜੇ ਹੁਣ ਇਹਨੇ ਲਗਾਤਾਰ 2-3 ਮੀਟਿੰਗਾਂ ਸੱਦੀਆਂ, ਕੈਬਨਿਟ ਮੀਟਿੰਗ ਸੱਦੀ ਆ, ਫਿਰ ਜਿਹੜੇ ਅਧਿਕਾਰੀ ਆ ਉਹਨਾਂ ਨੂੰ ਬੁਲਾਇਆ,
ਫਿਰ ਜਿਸ ਤਰ੍ਹਾਂ ਕੋਈ ਨੈਬੂਲਾ ਕੋਈ ਕੰਪਨੀ ਆ ਕੈਨੇਡਾ ਦੀ, ਇਸ ਤਰ੍ਹਾਂ ਬਾਈ ਮਤੋਰ ਨੇ ਦੱਸਿਆ ਕਿ ਉਹਨੂੰ ਬੁਲਾ ਕੇ ਇੱਕ ਡਰਾਮਾ ਰਚ ਰਹੇ ਨੇ ਕਿ ਅਸੀਂ ਜੀ ਇਹਨਾਂ ਨੂੰ ਜ਼ਿੰਮੇਵਾਰੀ ਦੇ ਰਹੇ ਹਾਂ ਵੀ ਇਹ ਜਿਹੜਾ ਪਾਣੀ ਆ ਸਾਫ਼ ਇਹ ਕੌਣ ਕੰਪਨੀ ਕਰੂਗੀ, ਤੁਸੀਂ ਜ਼ਹਿਰ ਪਾਈ ਕਿਉਂ ਰਹੇ ਹਾਂ, ਸਵਾਲ ਇਹ ਪੈਦਾ ਹੁੰਦਾ ਉਹ ਜ਼ਹਿਰ ਹੀ ਬੰਦ ਕਰ ਦਿਓ, ਉਹ ਜ਼ਹਿਰ ਉਹ ਕੈਮੀਕਲ ਜਿਹੜੇ ਕਿਸੇ ਬੈਕਟੀਰੀਏ ਨਾਲ, ਜਿਵੇਂ ਪਹਿਲਾਂ ਵੀ ਇੱਥੇ 10-12 ਸਾਲ ਪਹਿਲਾਂ ਡਰਾਮਾ ਰਚੇਗਾ, 10-12 ਸਾਲ ਪਹਿਲਾਂ ਇੱਥੇ ਵੱਡੇ ਦਰਿਆ ਦੇ ਉੱਤੇ ਖੜ੍ਹ ਕੇ ਸਿੱਟ ਕੇ ਬੈਕਟੀਰੀ ਦੀਆਂ ਆਪਣੀਆਂ ਬੋਰੀਆਂ ਵਿੱਚ ਕਹਿੰਦੇ ਜੀ ਲੋ ਹੋ ਗਿਆ ਸਾਫ਼, 10 ਸਾਲ ਲੰਘ ਗਏ, ਹੁਣ ਉਹੀ ਇਹ ਟਾਈਮ ਲੰਘਾਉਣ ਨੂੰ ਮੁੱਖ ਮੰਤਰੀ ਫਿਰਦਾ, ਪਰ ਹੁਣ ਇਹ ਬਰਦਾਸ਼ਤ ਨਹੀਂ ਆ, ਹੁਣ ਇਹ ਡਰਾਮਾ ਨਹੀਂ ਚੱਲੂਗਾ। ਸੋ ਅਸੀਂ ਜਿਸ ਤਰ੍ਹਾਂ ਬਾਈ ਮਤੋਜ ਨੇ ਕਿਹਾ ਕਿ 1 ਤਰੀਕ ਤੋਂ ਪੱਕੇ ਤੌਰ ਦੇ ਉੱਤੇ ਲੁਧਿਆਣੇ ਦੇ ਵਿੱਚ ਅਸੀਂ ਜਿਹੜਾ ਇੱਥੇ ਫਿਰੋਜ਼ਪੁਰ ਰੋਡ ਦੇ ਉੱਤੇ ਬੇਰਕਾ ਪਲਾਂਟ ਦੇ ਕੋਲ ਅਸੀਂ ਪੱਕੇ ਤੌਰ 'ਤੇ ਆ ਕੇ ਇੱਥੇ ਰੁਕ ਰਹੇ ਹਾਂ, ਇੱਥੇ ਬੈਠ ਰਹੇ ਹਾਂ ਅਤੇ ਇੱਥੋਂ ਇਹ ਜ਼ਹਿਰਾਂ ਬੰਦ ਕਰਕੇ ਉੱਠਾਂਗੇ। ਸੋ ਅਸੀਂ ਕਈ ਵਾਰੀ ਸਵਾਲ ਉੱਠਦਾ ਵੀ 15 ਸਤੰਬਰ ਤੋਂ ਤੁਸੀਂ ਟਾਈਮ ਦਿੱਤਾ ਸੀ 15 ਸਤੰਬਰ ਤੱਕ ਦਾ, ਪਰ ਉਹ ਤੁਸੀਂ ਗਾਹਾਂ ਕਿਉਂ ਲੈ ਗਏ, ਕਿਉਂਕਿ ਅਸੀਂ ਇਸ ਮਸਲੇ ਦਾ ਪੱਕੇ ਤੌਰ 'ਤੇ ਸਥਾਈ ਤੌਰ 'ਤੇ ਹੱਲ ਚਾਹੁੰਦੇ ਹਾਂ। ਅਸੀਂ ਉਹ ਨਹੀਂ ਵੀ ਲਾਲਾ ਕਰਾਤੀ ਜੀ, ਰੌਲਾ ਪਾਤਾ ਜੀ, ਹਾਂ ਜੀ ਅਸੀਂ ਆਹ ਕਰਤਾ ਆਹ ਕਰਤਾ, ਉਹਦੇ ਨਾਲ ਕੱਖ ਨਹੀਂ ਹੋਣਾ। ਅਸੀਂ ਚਾਹੁੰਦੇ ਹਾਂ ਵੀ ਇਹ ਬਹੁਤ ਗੰਭੀਰ ਮੁੱਦਾ ਹੈ, ਇਹ ਸਾਰਿਆਂ ਮੁੱਦਿਆਂ ਨਾਲੋਂ ਅਹਿਮ ਮਸਲਾ ਪੰਜਾਬ ਦਾ ਅੱਜ ਬਣਿਆ ਹੋਇਆ, ਚਾਹੇ ਧਰਤੀ ਹੇਠਾਂ ਅਤੇ ਚਾਹੇ ਦਰਿਆਵਾਂ 'ਚੋਂ ਜ਼ਹਿਰ ਪਾਈ ਜਾ ਰਹੀ ਆ, ਇਹਦੇ ਉੱਤੇ ਅਸੀਂ ਪੱਕੇ ਤੌਰ ਦੇ ਉੱਤੇ ਹੁਣ ਐਂ ਕੋਕੇ ਜੜ ਕੇ ਉੱਠਾਂਗੇ, ਜੋ ਮਰਜ਼ੀ ਹੋ ਜੇ, ਇਹਨੇ ਚੱਕ ਕੇ ਜੇਲ੍ਹ ਸਿੱਟਣੇ ਆ, ਬੰਦ ਕਰਨੇ ਆ, ਪਰਚੇ ਦੇਣੇ ਆ, ਭਗਵੰਤ ਨੇ ਸਰਕਾਰ ਨੇ ਉਹ ਕਰ ਲਏ, ਅਤੇ ਨਹੀਂ ਫਿਰ ਹਰ ਹਾਲ ਦੇ ਵਿੱਚ ਅਸੀਂ ਇਹ ਜ਼ਹਿਰਾਂ ਬੰਦ ਕਰਕੇ ਸਾਹ ਲਵਾਂਗੇ।